ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਜਿਨ੍ਹਾਂ ਪੰਥ ਨੂੰ ਹੁਕਮ ਸੁਣਾ ਦਿੱਤਾ ਮਿਟ ਜਾਣਗੇ ਇਹਨੂੰ ਮਿਟਾਉਣ ਵਾਲੇ ਮੈਂ ਅਕਾਲ ਤਖਤ ਬਣਾ ਦਿੱਤਾ ਜਿਹੜਾ ਹੋਊਗਾ ਫੈਸਲਾ ਤਖਤ ਉੱਤੇ ਪੂਰੀ ਕੌਮ ਲਈ ਹੁਕਮ ਅਕਾਲ ਦਾ ਹੈ ਭਾਵੇਂ ਹੋਰ ਅਦਾਲਤਾਂ ਲੱਖ ਲੱਗਣ ਹਰ ਸਿੱਖ ਇਸ ਹੁਕਮ ਨੂੰ ਪਾਲਦਾ ਹੈ ਪਹਿਲਾਂ ਧਰਮ ਤੇ ਪਿੱਛੋਂ ਰਾਜਨੀਤੀ ਮੇਰੀ ਪੀਰੀ ਸਿਧਾਂਤ ਚਲਾ ਦਿੱਤਾ ਮਿਟ ਜਾਣਗੇ ਇਹਨੂੰ ਮਿਟਾਉਣ ਵਾਲੇ ਮੈਂ ਅਕਾਲ ਤਖਤ ਬਣਾ ਦਿੱਤਾ ਗੁਰੂ ਜੀ ਆਖਿਆ ਸਾਰੀ ਸੰਗਤ ਨੂੰ ਤੁਸੀਂ ਸ਼ਸਤਰ ਭੇਂਟ ਲਿਆਵੋ ਜੀ ਬਿਨਾਂ ਸ਼ਸਤਰ ਰਾਜ ਨਹੀਂ ਹੋ ਸਕਦਾ ਦੀਨ ਦੁਨੀ ਦੀ ਜਾਨ ਬਚਾਵੋ ਜੀ ਚੰਦ ਦਿਨਾਂ ਚ ਹੋ ਗਈਆਂ ਤਿਆਰ ਫੌਜਾਂ ਜਹਾਂਗੀਰ ਵੀ ਸੋਚੀ ਪਾ ਦਿੱਤਾ ਮਿਟ ਜਾਣਗੇ ਇਹਨੂੰ ਮਿਟਾਉਣ ਵਾਲੇ ਮੈਂ ਅਕਾਲ ਤਖਤ ਬਣਾ ਦਿੱਤਾ ਐਸੇ ਸਿੰਘ ਸੂਰਮੇ ਤਿਆਰ ਕੀਤੇ ਜਿਨ੍ਹਾਂ ਬੈਰੀ ਨੂੰ ਪੜਨੇ ਪਾ ਦਿੱਤਾ ਚਾਰ ਜੰਗਾਂ ਲੜੀਆਂ ਪਾਤਸ਼ਾਹ ਨੇ ਚਾਰੇ ਜਿੱਤ ਕੇ ਜ਼ੋਰ ਦਿਖਾ ਦਿੱਤਾ ਐਵੇਂ ਬਣੇ ਨਹੀਂ ਬੰਦੀ ਛੋੜ ਪਿਤਾ ਜ਼ਾਲਮ ਤੇ ਜ਼ੁਲਮ ਮਿਟਾ ਦਿੱਤਾ ਮਿਟ ਜਾਣਗੇ ਇਹਨੂੰ ਮਿਟਾਉਣ ਵਾਲੇ ਮੈਂ ਅਕਾਲ ਤਖਤ ਬਣਾ ਦਿੱਤਾ ਦੇਖੋ ਭਾਗ ਕਿੱਡੇ ਪਿੰਡ ਬੋਦਲ ਦੇ ਜਿੱਥੇ ਸਤਿਗੁਰ ਸਮਾਂ ਬਿਤਾ ਗਏ ਨੇ ਆਏ ਮਿਹਰ ਦੇ ਘਰ ਵਿੱਚ ਸਤਿਗੁਰੂ ਕਰਨੇ ਦਾ ਬੂਟਾ ਲਾ ਗਏ ਨੇ ਦੁੱਖ ਘਟਦਾ ਖੁਸ਼ੀਆਂ ਵੰਡਦਾ ਰਹੂ ਗਰਨੇ ਨੂੰ ਰੱਬ ਬਣਾ ਦਿੱਤਾ ਮਿਟ ਜਾਣਗੇ ਇਹਨੂੰ ਮਿਟਾਉਣ ਵਾਲੇ ਮੈਂ ਅਕਾਲ ਤਖਤ ਬਣਾ ਦਿੱਤਾ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਜਿਨ੍ਹਾਂ ਪੰਥ ਨੂੰ ਹੁਕਮ ਸੁਣਾ ਦਿੱਤਾ ਮਿਟ ਜਾਣਗੇ ਇਹਨੂੰ ਮਿਟਾਉਣ ਵਾਲੇ ਮੈਂ ਅਕਾਲ ਤਖਤ ਬਣਾ ਦਿੱਤਾ ਮੈਂ ਅਕਾਲ ਤਖਤ ਬਣਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।